Very good afternoon, everyone. Our today's topic is distance between lattice planes in a cubic crystal. In this article, we're going to study about the Miller indices plane are separated by a particular distance within cubic crystal, right? So as we seen in this diagram, OX, OY and OZ, tinno aapas ch mutually perpendicular ne. Tinne aapas ch mutually perpendicular ne. Tinno lines, that means ek Cartesian coordinate system nu form kar rahi hai ne. ਜੋ ਕਿ ਆਪਾਂ ਇਸ ਡਾਇਗਰਾਮ 'ਚ ਦੇਖ ਵੀ ਸਕਦੇ ਹਾਂ ਠੀਕ ਹੈ ਅਸੀਂ ਕਹਿੰਦੇ ਹਾਂ ਕਿ ਮੰਨ ਲਓ ਜੇ ਦੋ ਪਲੇਨ ਆਪਸ ਦੇ ਵਿੱਚ ਪੈਰਲਲ ਨੇ ਦੋ ਪਲੇਨ ਮਤਲਬ ਮੰਨ ਲਓ ਓ ਐਕਸ ਅਤੇ ਓ ਵਾਈ ਜੇ ਆਪਸ ਦੇ ਵਿੱਚ ਪੈਰਲਲ ਨੇ ਇਹਦਾ ਮਤਲਬ ਜਿਹੜਾ ਤੀਸਰਾ ਹੋਊਗਾ ਓ ਅਤੇ ਸੀ ਉਹ ਓਰੀਜਨ 'ਚੋਂ ਪਾਸ ਕਰੂਗਾ ਜੇ ਓਰੀਜਨ 'ਚੋਂ ਪਾਸ ਕਰਦਾ ਤਾਂ ਮਤਲਬ ਉਹ ਦੋਨਾਂ ਦੇ ਵੀ ਪੈਰਲਲ ਹੀ ਹੋਊਗਾ ਠੀਕ ਆ ਇਹੀ ਚੀਜ਼ ਇਹਦੇ ਵਿੱਚ ਕਹੀ ਗਈ ਹੈ ਔਰ ਉਹਦੇ ਬਾਅਦ ਆਪਾਂ ਕਹਿੰਦੇ ਹਾਂ ਕਿ ਮੰਨ ਲਓ ਜੇ ਜਿਹੜੇ ਪਲੇਨ ਹੁੰਦੇ ਆ ਅਕੋਰਡਿੰਗ ਟੂ ਮਾਈਲਰ ਇੰਡਸਿਸ ਪਲੇਨ ਨੂੰ ਅਸੀਂ ਡਿਨੋਟ ਕਰਦੇ ਹਾਂ ਐਚ ਕੇ ਅਤੇ ਐਲ ਦੇ ਨਾਲ ਠੀਕ ਆ ਜੇ ਆਪਾਂ ਮਾਈਲਰ ਇੰਡਸਿਸ ਨੂੰ ਐਚ ਕੇ ਐਲ ਦੇ ਨਾਲ ਡਿਨੋਟ ਕਰਦੇ ਹਾਂ ਇਹਦਾ ਮਤਲਬ ਇੱਥੇ ਸਾਡੇ ਕੋਲ ਜਿਹੜੇ ਪਲੇਨ ਨੇ ਉਹ ਕਿਹੜੇ ਨੇ ਏ ਬੀ ਅਤੇ ਸੀ ਇਹੋ ਤਿੰਨ ਪਲੇਨਸ ਨੇ ਨਾ ਇਹਨਾਂ ਤਿੰਨਾਂ ਦੇ ਆਪਾਂ ਫਿਰ ਲਿਖਾਂਗੇ ਪਹਿਲਾਂ ਕੋਆਰਡੀਨੇਟਸ ਕੋਆਰਡੀਨੇਟ ਦਾ ਮਤਲਬ ਹੁੰਦਾ ਏ ਦਾ ਕੋਆਰਡੀਨੇਟ ਕੀ ਆਪਣੇ ਕੋਲ ਏ ਬਾਏ ਐਚ ਐਕਸ 'ਤੇ ਬਾਕੀ ਦੋ ਪੁਆਇੰਟਸ ਨਹੀਂ ਹੈਗੇ ਤਾਂ ਮਤਲਬ ਉਹ ਕੀ ਹੋ ਗਏ ਦੋਵੇਂ ਜ਼ੀਰੋ ਹੁਣ ਬੀ ਦੇ ਉੱਪਰ ਸਾਡੇ ਕੋਲ ਇਕੱਲਾ ਇੱਕ ਹੀ ਕੋਆਰਡੀਨੇਟ ਹੋ ਕੇ ਆ ਬੀ ਬਾਏ ਕੇ ਅਤੇ ਅਦਰ ਦੋਵੇਂ ਕੀ ਹੋ ਗਏ ਜ਼ੀਰੋ ਸੀ ਤੇ ਸਾਡੇ ਕੋਲ ਇੱਕ ਕੋਆਰਡੀਨੇਟ ਹੋ ਕੇ ਆ ਸੀ ਅਤੇ ਐਲ ਫਿਰ ਏ ਵਾਲਾ ਨਹੀਂ ਹੈਗਾ ਉਹ ਜ਼ੀਰੋ ਹੋ ਗਿਆ ਬੀ ਵਾਲਾ ਵੀ ਨਹੀਂ ਹੈਗਾ ਉਹ ਤੋਂ ਜ਼ੀਰੋ ਹੋ ਗਿਆ ਸੀ ਵਾਲਾ ਲਿਖ ਲਿਆ ਇੱਦਾਂ ਹੀ ਲਿਖਾਂਗੇ ਨਾ ਫਿਰ ਆਪਾਂ ਇੱਕ ਨੋਰਮਲ ਡਰਾਅ ਕੀਤਾ ਠੀਕ ਹੈ ਓਰੀਜਨ ਤੋਂ ਉਹਨੂੰ ਆਪਾਂ ਲਿਖਤਾ ਓ ਅਤੇ ਐਨ ਉਹ ਜਿਹੜਾ ਨੋਰਮਲ ਡਰਾਅ ਕੀਤਾ ਉਹ ਐਨ ਉਹਦੀ ਵੈਲਿਊ ਕਾਹਦੀ ਇੱਕ ਹੋਏਗੀ ਡੀ ਦੇ ਮਤਲਬ ਇੱਕ ਪਰਟੀਕੁਲਰ ਡਿਸਟੈਂਸ ਕਿਉਂ ਡਰਾਅ ਕੀਤਾ ਕਿਉਂਕਿ ਅਸੀਂ ਕਹਿੰਦੇ ਹਾਂ ਕਿ ਦੋ ਪਲੇਨਸ ਦੇ ਵਿੱਚ ਜਿੰਨਾ ਡਿਸਟੈਂਸ ਹੁੰਦਾ ਉਹਨੂੰ ਅਸੀਂ ਡੀ ਨਾਲ ਡੀਨੋਟ ਕਰਦੇ ਹਾਂ ਅਤੇ ਜਿੱਥੇ ਜਾ ਕੇ ਉਹ ਡਿਸਟੈਂਸ ਮੀਟ ਕਰਦਾ ਦੋ ਪਲੇਨਸ ਦਾ ਉਹਨੂੰ ਅਸੀਂ ਕਹਿੰਦੇ ਕਿ ਅਸੀਂ ਇੱਕ ਨੋਰਮਲ ਡਰਾਅ ਕਰਤਾ ਠੀਕ ਹੈ ਜੀ ਸੋ ਜਦੋਂ ਆਪਾਂ ਪਲੇਨ ਫਾਈਂਡ ਆਊਟ ਕਰਦੇ ਨਾ ਏ ਬੀ ਸੀ ਅਸੀਂ ਕਹਿੰਦੇ ਇੰਟਰਸੈਪਟ ਕਰਦੇ ਆ ਜੇ ਉਹ ਇੰਟਰਸੈਪਟ ਕਰਦੇ ਆ ਤਾਂ ਉੱਥੇ ਇੱਕ ਇਕੁਏਸ਼ਨ ਫਰੇਮ ਹੁੰਦੀ ਆ ਜੋ ਇਕੁਏਸ਼ਨ ਫਰੇਮ ਹੁੰਦੀ ਆ ਆਪਾਂ ਉਹਨੂੰ ਡਰਾਈਵ ਕਰਨਾ ਬੇਸਿਕਲੀ ਠੀਕ ਹੈ ਅਸੀਂ ਡੀ ਦੀ ਵੈਲਿਊ ਫਾਈਂਡ ਆਊਟ ਕਰਨੀ ਆ ਰਾਈਟ ਸੋ ਆਪਾਂ ਆਰਟੀਕਲ ਨੂੰ ਸਟਾਰਟ ਕਰਦੇ ਹਾਂ ਸੋ ਇਹਦੇ ਲਈ ਅਸੀਂ ਇੱਕ ਚੀਜ਼ ਲੈ ਕੇ ਚੱਲਦੇ ਹਾਂ ਕਿ ਮੰਨ ਲਓ ਐਲਫਾ ਬੀਟਾ ਅਤੇ ਗਾਮਾ ਜਿਹੜੇ ਆ ਉਹ ਐਂਗਲਸ ਨੇ ਐਲਫਾ ਐਂਗਲ ਬਣਦਾ ਓ ਓ ਐਕਸ ਦੇ ਨਾਲ ਓ ਐਨ ਲਾਈਨ ਦੇ ਥਰੂ ਠੀਕ ਹੈ ਬੀਟਾ ਐਂਗਲ ਬਣਦਾ ਓ ਵਾਈ ਅਤੇ ਓ ਐਨ ਦੇ ਥਰੂ ਸਿਮੀਲਰਲੀ ਹਮੇਸ਼ਾ ਪਰਪੈਂਡੀਕੁਲਰ ਹੀ ਕੋਈ ਐਂਗਲ ਬਣਾਊਂਗਾ ਤੀਸਰੀ ਲਾਈਨ ਸੀਗੀ ਓ ਜ਼ੈਡ ਉੱਥੇ ਆਪਣੇ ਕੋਲ ਐਂਗਲ ਬਣਦਾ ਗਾਮਾ ਠੀਕ ਹੈ ਫਿਰ ਆਪਾਂ ਕਹਿਤਾ ਕਿ ਅਗਰ ਅਸੀਂ ਇੱਕ ਕੋਸਾਈਨਸ ਲਾਅ ਅਪਲਾਈ ਕਰੀਏ ਜਾਂ ਕੋਸਾਈਨਸ ਲਾਅ ਦੀ ਡੈਫੀਨੇਸ਼ਨ ਲਿਖੀਏ ਕੋਸਾਈਨਸ ਲਾਅ ਕੀ ਹੁੰਦਾ ਕੋਸ ਸਕੇਅਰ ਐਲਫਾ ਪਲੱਸ ਕੋਸ ਸਕੇਅਰ ਬੀਟਾ ਪਲੱਸ ਕੋਸ ਸਕੇਅਰ ਗਾਮਾ ਇਜ਼ ਇਕੁਅਲ ਟੂ ਯੂਨਿਟੀ ਆਹੀ ਹੁੰਦਾ ਨਾ ਕੋਸਾਈਨ ਲਾਅ ਇਹਦਾ ਮਤਲਬ ਇੱਥੇ ਆਪਾਂ ਨੂੰ ਥੀਟਾ ਦੀ ਜਗ੍ਹਾ 'ਤੇ ਐਲਫਾ ਦਿੱਤਾ ਉੱਥੇ ਬੀਟਾ ਇੱਥੇ ਗਾਮਾ ਤਿੰਨੋਂ ਦਾ ਸਮ ਕਾਹਦੇ ਕੋਲ ਹੋ ਗਿਆ 1 ਦੇ ਹੁਣ ਮੈਂ ਲਿਖਤਾ ਇਕੁਏਸ਼ਨ ਨੰਬਰ 1 ਹੁਣ ਆਪਾਂ ਨੂੰ ਡਾਇਗਰਾਮ ਤੋਂ ਇੱਕ ਚੀਜ਼ ਕਲੀਅਰ ਹੋਣੀ ਚਾਹੀਦੀ ਆ ਇਸ ਡਾਇਗਰਾਮ ਤੋਂ ਇੱਕ ਚੀਜ਼ ਸਾਨੂੰ ਕਲੀਅਰ ਹੋਣੀ ਚਾਹੀਦੀ ਆ ਇਜ਼ ਦੈਟ ਕਿ ਡੀ ਸਾਡੇ ਕੋਲ ਕਾਹਦੇ ਇਕੁਅਲ ਆ ਆਹ ਡੀ ਜਦੋਂ ਮੈਂ ਇੱਧਰਲੀ ਵੈਲਿਊ ਲਿਖਣੀ ਹੋਵੇ ਉਹ ਕੀ ਹੋਊਗਾ ਓ ਏ ਇੱਧਰ ਨੂੰ ਬਣਦਾ ਕੋਸ ਥੀਟਾ ਕਿਉਂਕਿ ਕੋਸਾਈਨ ਲਾ ਲੱਗਿਆ ਐਂਗਲ ਕਿੰਨਾ ਬਣ ਰਿਹਾ ਅਲਫਾ ਇਹਦਾ ਮਤਲਬ ਡੀ ਕਾਹਦੇ ਇਕੁਅਲ ਹੋ ਜਾਏਗਾ ਫਿਰ ਆਪਣੇ ਕੋਲ ਓ ਏ ਕੋਸ ਆਫ ਅਲਫਾ ਫਰਦਰ ਇਕੁਅਲ ਓ ਬੀ ਕੋਸ ਆਫ ਬੀਟਾ ਐਂਡ ਓ ਸੀ ਕੋਸ ਆਫ ਗਾਮਾ ਇਹਦਾ ਮਤਲਬ ਜੇ ਮੈਂ ਓ ਅਤੇ ਏ ਦੀ ਵੈਲਿਊ ਲਿਖਣੀ ਹੋਵੇ ਓ ਅਤੇ ਏ ਦੀ ਵੈਲਿਊ ਲਿਖਣੀ ਹੈ ਉਹ ਕੀ ਹੈ ਏ ਬਾਈ ਐਚ ਠੀਕ ਆ ਸਿਮਿਲਰਲੀ ਓ ਬੀ ਦੀ ਕੀ ਹੋ ਗਈ ਬੀ ਬਾਈ ਕੇ ਸਿਮਿਲਰਲੀ ਸੀ ਦੀ ਹੁਣ ਜੇ ਮੈਂ ਇੱਥੋਂ ਡੀ ਦੀ ਵੈਲਿਊ ਕੱਢਣੀ ਹੈ ਆਹ ਵਾਲੀ ਜਿਹੜੀ ਓ ਏ ਦੀ ਵੈਲਿਊ ਆ ਇਹਨੂੰ ਇੱਥੇ ਪੁੱਟ ਕਰ ਦਿਉ ਠੀਕ ਹੈ ਜੀ ਸੋ ਜਦੋਂ ਆਪਾਂ ਇਹਨੂੰ ਸਬਸਟੀਟਿਊਟ ਕਰਦੇ ਹਾਂ ਫੋਰ ਐਗਜ਼ਾਮਪਲ ਆਹ ਸੀਗੀ ਮੇਰੇ ਕੋਲ ਸਿੰਪਲ ਇਕੁਏਸ਼ਨ ਹੁਣ ਓ ਏ ਦੀ ਆਹ ਵਾਲੀ ਵੈਲਿਊ ਜੇ ਮੈਂ ਇੱਥੇ ਸਬਸਟੀਟਿਊਟ ਕਰਾਂ ਇਹਦਾ ਮਤਲਬ ਮੇਰੇ ਕੋਲ ਡੀ ਦੀ ਵੈਲਿਊ ਕੀ ਬਣੇਗੀ ਫਿਰ ਏ ਕੋਸ ਆਫ ਅਲਫਾ ਡਿਵਾਈਡਿਡ ਬਾਈ ਐਚ ਠੀਕ ਹੈ ਇੱਧਰ ਬੀ ਕੋਸ ਆਫ ਬੀਟਾ ਡਿਵਾਈਡਿਡ ਬਾਈ ਕੇ ਇੱਧਰ ਸੀ ਕੋਸ ਆਫ ਗਾਮਾ ਡਿਵਾਈਡਿਡ ਬਾਈ ਐਲ ਠੀਕ ਹੈ ਜੀ ਆਹੀ ਚੀਜ਼ ਆਪਣੇ ਕੋਲ ਬਣੂਗੀ ਇਹਦਾ ਮਤਲਬ ਮੈਂ ਇੱਥੋਂ ਲਿਖ ਸਕਦੀ ਹਾਂ ਕੋਸ ਐਲਫਾ ਕਾਹਦੀ ਇੱਕ ਹੋਏਗਾ ਜੇ ਮੈਂ ਕੋਸ ਐਲਫਾ ਦੀ ਵੈਲਿਊ ਕੱਢਣੀ ਹੈ ਮੰਨ ਲਓ ਆ ਦੋਵੇਂ ਚੀਜ਼ਾਂ ਕ੍ਰੋਸ ਮਲਟੀਪਲੇ ਹੋਣਗੀਆਂ ਅਤੇ ਉਹ ਕੀ ਬਣੂਗਾ ਐਚ ਡੀ ਡਿਵਾਈਡਿਡ ਬਾਈ ਏ ਸਿਮਿਲਰਲੀ ਜੇ ਮੈਂ ਕੋਸ ਬੀਟਾ ਦੀ ਵੈਲਿਊ ਕੱਢਣੀ ਆ ਅਤੇ ਡੀ ਨੇ ਸਾਰਿਆਂ ਨਾਲ ਮਲਟੀਪਲੇ ਹੋਣਾ ਇਹ ਆਪਾਂ ਨੂੰ ਪਤਾ ਹੀ ਆ ਠੀਕ ਹੈ ਡੀ ਨੂੰ ਭਾਵੇਂ ਇੱਧਰ ਲਿਖੋ ਭਾਵੇਂ ਇੱਧਰ ਕੋਈ ਫਰਕ ਨਹੀਂ ਪਊਗਾ ਠੀਕ ਆ ਸਿਮਿਲਰਲੀ ਕੋਸ ਗਾਮਾ ਦੀ ਵੈਲਿਊ ਅਗਰ ਮੈਂ ਕੱਢਣੀ ਆ ਅਤੇ ਉਹ ਕਾਹਦੀ ਇਕੁਅਲ ਹੋਏਗੀ ਫਿਰ ਇੱਧਰ ਐਲ ਇੰਟੂ ਡੀ ਡਿਵਾਈਡਿਡ ਬਾਈ ਸੀ ਠੀਕ ਆ ਜੀ ਇਹ ਚੀਜ਼ ਬਣ ਗਈ ਇਹਨੂੰ ਮੈਂ ਲਿਖਤਾ ਇਕੁਏਸ਼ਨ ਨੰਬਰ 2 ਠੀਕ ਆ ਅਤੇ ਜਿੱਥੋਂ ਆਪਾਂ ਆਰਟੀਕਲ ਸਟਾਰਟ ਕੀਤਾ ਇਹ ਕੋਸਾਈਨ ਲਾ ਕੇ ਹੀ ਮੇਰੇ ਕੋਲ ਇਕੁਏਸ਼ਨ ਨੰਬਰ 1
ਇਹਦਾ ਮਤਲਬ ਫਿਰ ਅਸੀਂ ਕਹਿ ਦਿੰਦੇ ਹਾਂ ਫਰੋਮ ਇਕੁਏਸ਼ਨ 1 ਐਂਡ 2, ਇਕੁਏਸ਼ਨ 1 ਐਂਡ 2 ਦੇ ਵਿੱਚ ਕੀ ਸੀ, ਕੋਸਾਈਨ ਲਾ ਦਾ ਸਕੇਅਰ ਸੀ, ਇਹਦਾ ਮਤਲਬ ਕੋਸ ਦੀ ਵੈਲਿਊ ਆਪਾਂ ਫਾਈਂਡ ਆਊਟ ਕਰ ਲਈ, ਕੋਸ ਬੀਟਾ ਦੀ ਵੀ ਅਤੇ ਕੋਸ ਗਾਮਾ ਦੀ ਵੀ, ਤਿੰਨੋਂ ਵੈਲਿਊ ਇੱਥੇ ਸਬਸਟੀਟਿਊਟ ਕਰਕੇ ਇਜ਼ ਇਕੁਅਲ ਟੂ 1, ਇਹਦੇ ਇਹਨਾਂ ਤਿੰਨਾਂ ਵਿੱਚੋਂ ਮੈਂ ਡੀ ਸਕੇਅਰ ਕੋਮਨ ਕੱਢ ਸਕਦੀ ਹਾਂ। ਜਦੋਂ ਆਪਾਂ ਡੀ ਸਕੇਅਰ ਕੋਮਨ ਕੱਢਾਂਗੇ ਬ੍ਰੈਕਟ 'ਚ ਕੀ ਰਹਿ ਜੂਗਾ, ਸਕੇਅਰ ਵੀ ਤਾਂ ਓਪਨ ਹੋਣਾ ਨਾ, ਬਣਨਾ ਐਚ ਸਕੇਅਰ ਡਿਵਾਈਡਡ ਬਾਈ ਏ ਸਕੇਅਰ। ਸਿਮਿਲਰਲੀ ਡੀ ਕੋਮਨ ਹੀ ਕੇ ਸਕੇਅਰ ਡਿਵਾਈਡਡ ਬਾਈ ਬੀ ਸਕੇਅਰ, ਅਗੇਨ ਡੀ ਕੋਮਨ ਐਲ ਸਕੇਅਰ ਡਿਵਾਈਡਡ ਬਾਈ ਸੀ ਸਕੇਅਰ, ਕਾਹਦੇ ਇਕੁਅਲ ਆ 1 ਦੇ। ਇਹਦਾ ਮਤਲਬ ਜੇ ਮੈਂ ਡੀ ਦੀ ਵੈਲਿਊ ਕੱਢਣੀ ਆ, ਹੁਣ ਜਿਹੜਾ ਇੱਧਰ ਸਕੇਅਰ ਹੀ ਉਹ ਇੱਧਰ ਜਾ ਕੇ ਕੀ ਬਣ ਜੂਗਾ, ਸਕੇਅਰ ਰੂਟ, ਅਤੇ ਜਿਹੜਾ 1 ਇਹਦੀ ਇਕੁਅਲੀ ਉਹ ਇੱਥੇ ਕੀ ਬਣ ਜਾਏਗਾ, ਰੈਸੀਪ੍ਰੋਕਲ। ਠੀਕ ਹੋ ਕੇ ਬਣ ਗਿਆ 1 ਡਿਵਾਈਡਡ ਬਾਈ ਰੂਟ ਐਚ ਸਕੇਅਰ ਏ ਸਕੇਅਰ ਪਲੱਸ ਦਿਸ 1। ਇਹਨੂੰ ਮੈਂ ਲਿਖਤਾ ਇਕੁਏਸ਼ਨ ਨੰਬਰ 3। ਹੁਣ ਅਸੀਂ ਇੱਕ ਆਈਡੈਂਟੀ ਲਾਉਣੀ ਆ ਕਿ ਫੋਰ ਟੈਟਰਾਗਨਲ ਸਿਸਟਮ ਦੇ ਲਈ ਦੋ ਸਾਈਡਸ ਇਕੁਅਲ ਹੁੰਦੀਆਂ, ਪਹਿਲੀਆਂ ਦੋ ਸਾਈਡਸ, ਜੇ ਏ ਅਤੇ ਬੀ ਇਕੁਅਲ ਹੈ, ਏ ਬੀ ਇਕੁਅਲ ਹੈ ਤਾਂ ਮਤਲਬ ਏ ਲਿਖਾਂ ਜਾਂ ਬੀ ਲਿਖਾਂ ਕੋਈ ਫਰਕ ਨਹੀਂ ਪੈਣਾ ਚਾਹੀਦਾ। ਫਿਰ ਡੀ ਦੀ ਵੈਲਿਊ ਕਿਆ ਹੋਊਗੀ, ਐਚ ਪਲੱਸ ਐਚ ਸਕੇਅਰ ਪਲੱਸ ਕੇ ਸਕੇਅਰ ਡਿਵਾਈਡਡ ਬਾਈ ਏ ਸਕੇਅਰ ਪਲੱਸ ਆ ਫੈਕਟਰ ਹੋਲ ਰੇਸ ਟੂ ਪਾਵਰ ਮਾਈਨਸ 1/2 ਲਿਖ ਲਓ, ਭਾਵੇਂ ਸਕੇਅਰ ਰੂਟ ਲਿਖ ਲਓ। ਠੀਕ ਹੈ ਜੀ, ਜੇ ਮੈਨੂੰ ਫਰਦਰ ਸੋਲਵ ਕਰੋ, ਕਿਉਂਕਿ 1 ਡਿਵਾਈਡਡ ਬਾਈ ਐਚ ਸਕੁਅਰ ਪਲੱਸ ਕੇ ਸਕੇਅਰ ਡਿਵਾਈਡਡ ਬਾਈ ਏ ਸਕੇਅਰ ਪਲੱਸ ਐਲ ਸਕੁਅਰ ਸੀ ਸਕੁਅਰ। ਠੀਕ ਹੈ, ਫੋਰ ਕਿਊਬਿਕ ਸਿਸਟਮ, ਕਿਊਬਿਕ ਸਿਸਟਮ ਦੇ ਲਈ ਤਿੰਨੋਂ ਸਾਈਡਸ ਹਮੇਸ਼ਾ ਇਕੁਅਲ ਹੁੰਦੀਆਂ, ਯਾਦ ਰੱਖਣਾ। ਕਿਊਬਿਕ ਸਿਸਟਮ ਦੇ ਵਿੱਚ ਏ ਇਕੁਅਲ ਹੁੰਦਾ ਬੀ ਦੇ, ਬੀ ਇਕੁਅਲ ਹੁੰਦਾ ਸੀ ਦੇ, ਜੇ ਤਿੰਨੋਂ ਲਾਈਨਸ ਆਪਸ 'ਚ ਇਕੁਅਲ ਹੈ ਤਾਂ ਮਤਲਬ ਡੀ ਕਾਹਦੇ ਇਕੁਅਲ ਹੋ ਜਾਏਗਾ, ਫਿਰ ਏ ਡਿਵਾਈਡਡ ਬਾਈ ਐਚ ਸਕੁਅਰ ਪਲੱਸ ਕੇ ਸਕੁਅਰ ਪਲੱਸ ਐਲ ਸਕੁਅਰ ਦਾ ਸਕੁਅਰ ਰੂਟ। ਇਹ ਕੀ ਹੋ ਗਿਆ, ਰਿਕੁਆਇਰਡ ਐਕਸਪ੍ਰੈਸ਼ਨ। ਠੀਕ ਹੈ, ਆਪਾਂ ਡਿਸਟੈਂਸ ਫਾਈਂਡ ਆਊਟ ਕਰਤਾ ਵੀ ਕਿੰਨਾ ਡਿਸਟੈਂਸ ਹੁੰਦਾ ਲੈਟਿਸ ਪਲੇਨਸ ਦੇ ਵਿੱਚ ਕਿਊਬਿਕ ਕ੍ਰਿਸਟਲ ਦੇ ਕੇਸ 'ਚ ਅਕੋਰਡਿੰਗ ਟੂ ਮਾਇਲਰ ਇੰਡੀਸਿਸ। ਹੋਪ ਸੋ ਤੁਹਾਨੂੰ ਆਰਟੀਕਲ ਕਲੀਅਰ ਹੋਊਗਾ। ਥੈਂਕ ਯੂ।